ਮਲਰਾਜ ਸਿੰਘ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਲਓ ਜੀ, ਟਾਈਮ ਹੋ ਗਿਆ ਸ਼ਾਮ ਦੇ 5 ਵਜੇ ਦਾ ਔਰ ਆਪਾਂ ਵਲੌਗ ਸ਼ੁਰੂ ਕਰ ਲਿਆ, ਕਿਉਂਕਿ ਬੱਚਿਆਂ ਦਾ ਟਾਈਮ ਥੋੜ੍ਹਾ ਚੇਂਜ ਕਰਤਾ, ਗਰਮੀ ਦਾ ਮੌਸਮ ਹੋ ਗਿਆ, ਇਸ ਕਰਕੇ ਸ਼ਾਮ ਦੇ 5 ਵਜੇ ਦਾ ਕਰਤਾ ਆ। ਪ੍ਰੋਡਕਸ਼ਨ ਹੋ ਗਿਆ ਸ਼ੁੱਧ ਹਿੰਦੀ। ਅਤੇ ਇੱਧਰ ਅੱਜ ਇਸ ਬੱਚੀ ਮਨੀਸ਼ਾ ਦਾ ਹੈਗਾ ਬਰਥਡੇ, ਅਤੇ ਤੁਸੀਂ ਸਭ ਜਿਹੜਾ ਹੈਪੀ ਬਰਥਡੇ ਵਿਸ਼ ਕਰਦੇ ਹੋ ਜ਼ਰੂਰ ਜੀ ਇਹਨੂੰ। ਬੱਚਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਵਿਸ਼ ਕਰਦੇ ਹੋ। ਅਤੇ ਵੈਸੇ ਮੈਂ ਇਹਦਾ ਨਾਮ ਰੱਖਿਆ ਮਨੀਸ਼ਾ ਕੋਇਰਾਲਾ, ਹੈ ਨਾ, ਸੋਹਣਾ ਨਾਮ ਹੈ। ਅਤੇ ਡੈਡੀ ਜੀ ਕੀ ਕਹਿੰਦੇ ਹੁੰਦੇ ਆ, ਮਨੀਸ਼ਾ ਗੁਲਾਟੀ, ਮਨੀਸ਼ਾ ਗੁਲਾਟੀ ਡੈਡੀ ਜੀ ਕਹਿੰਦੇ ਹੁੰਦੇ, ਮਨੀਸ਼ਾ ਗੁਲਾਟੀ ਇਹਦਾ ਨਾਮ। ਚਲੋ ਜੀ, ਸਾਰੇ ਤੁਸੀਂ ਵਿਸ਼ ਜ਼ਰੂਰ ਕਰਦੇ ਹੋ, ਬੱਚੇ ਨੂੰ ਬਹੁਤ ਖੁਸ਼ੀ ਹੋਊਗੀ। ਅਤੇ ਹੁਣ ਮੈਂ ਕਰਦੀ ਹਾਂ ਟਿਊਸ਼ਨ ਸ਼ੁਰੂ। ਸਾਡੇ ਟਾਈਮ 'ਚ ਤਾਂ ਕੋਈ ਬਰਥਡੇ ਦਾ ਨਹੀਂ ਪਤਾ ਸੀ, ਹੈ ਨਾ, ਸਾਰਾ ਦਿਨ ਕੰਮ ਕਰਾਉਂਦੇ ਸੀ, ਕਰਨ 'ਚ ਲੱਗਾ ਵੀ ਸ਼ਾਮ ਨੂੰ ਤੁਹਾਨੂੰ ਕੋਈ ਚੀਜ਼ ਲੈ ਕੇ ਦੇਵਾਂਗੇ, ਫਿਰ ਵੀ ਨਹੀਂ ਲਿਆ ਕੇ ਦਿੰਦੇ ਸੀਗੇ, ਹੈ ਨਾ, ਕੋਈ ਚੀਜ਼ ਨਹੀਂ ਲਿਆ ਕੇ ਦਿੰਦੇ ਸੀਗੇ, ਐਵੇਂ ਹੁੰਦਾ ਸੀ, ਚਾਂਟੇ ਤਾਂ ਪਾਉਂਦੇ ਮਿਲ ਜਾਂਦੇ ਸੀ, ਬਰਥਡੇ ਗਿਫਟ ਚਾਂਟੇ ਮਿਲ ਜਾਂਦੇ ਸੀ ਸਾਨੂੰ, ਹੈ ਨਾ, ਆ ਮਿਲਦੇ ਆ, ਨਹੀਂ ਮਿਲਦੇ ਨਾ, ਆ ਤਾਂ ਗਿਫਟ ਮਿਲਦੇ ਆ। ਟਾਈਮ ਹੋ ਗਿਆ ਹੁਣ ਸਵੇਰ ਦੇ 9 ਵਜੇ ਦਾ, ਅਤੇ ਉੱਧਰੋਂ ਤੋਂ ਸਵੇਰ ਦੇ ਫੁਲਕੇ ਦੀ ਤਿਆਰੀ ਹੋ ਰਹੀ ਆ, ਉੱਧਰੋਂ ਸ਼ਾਮ ਦੀ ਜਿਹੜੀ ਸਬਜ਼ੀ ਬਣਾਉਣੀ ਆ ਉਹਦੇ ਤੋੜਨ ਦੀ ਵੀ ਤਿਆਰੀ ਹੋ ਰਹੀ ਹੈ, ਕਿਉਂਕਿ ਜਿਵੇਂ ਭਿੰਡੀਆਂ ਗੁਆਰੇ ਦੀਆਂ ਫਲੀਆਂ ਇਹਨਾਂ ਨੂੰ ਫਿਰ ਪਹਿਲਾਂ ਧੋ ਕੇ ਥੋੜ੍ਹਾ ਟਾਈਮ ਸੁਕਾਉਣਾ ਪੈਂਦਾ ਨਾ, ਫਿਰ ਹੀ ਬਣਾਉਣੇ ਆ। ਇਸ ਕਰਕੇ ਮੰਮੀ ਦੇ ਰਾਜਿੰਦਰ ਲੱਗੇ ਹੋਏ ਆ ਗੁਆਰੇ ਦੀਆਂ ਫਲੀਆਂ ਅਤੇ ਭਿੰਡੀਆਂ ਤੋੜਨ, ਕੋਈ ਸਬਜ਼ੀ ਹਫ਼ਤੇ ਵਿੱਚ ਤੋੜ ਕੇ ਲਿਆਏ ਆ। ਚਲੋ ਇੰਨਾ ਵੀ ਹੁਣ ਥੋੜ੍ਹੀ ਥੋੜ੍ਹੀ ਉਤਰਨ ਲੱਗ ਗਈ ਆ ਅਤੇ ਸਰ ਜਾਂਦਾ ਆ, ਤਾਂ ਥੋੜ੍ਹਾ ਪਾਣੀ ਵੀ ਜਿਵੇਂ ਆਉਣ ਲੱਗ ਗਿਆ ਤਾਂ ਹੁਣ ਸਬਜ਼ੀ ਵੀ ਜ਼ਿਆਦਾ ਹੋਣ ਲੱਗ ਜੂਗੀ। ਜਿਹੜੀ ਆਪਾਂ ਮੁੱਲ ਸਬਜ਼ੀ ਲਿਆਉਂਦੇ ਹਾਂ ਨਾ ਤਾਂ ਉਹ ਫਰੈਸ਼ ਹੁੰਦੀ ਆ ਅਤੇ ਔਰਗੈਨਿਕ ਵੀ ਨਹੀਂ ਹੁੰਦੀ, ਅਤੇ ਉੱਤੋਂ ਫਿਰ ਮਹਿੰਗੀ ਵੀ ਬੜੀ ਮਿਲ ਰਹੀ ਅੱਜ ਕੱਲ੍ਹ, ਜਿਵੇਂ ਹੁਣ ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ, ਅਤੇ ਇਸ ਕਰਕੇ ਘਰ ਦੀ ਸਬਜ਼ੀ ਬੀਜੀ ਮਿਲ ਜਾਏ ਤਾਂ ਬਹੁਤ ਹੀ ਵਧੀਆ ਆ। ਭਿੰਡੀਆਂ, ਗੁਬਾਰੇ ਦੀਆਂ ਫਲੀਆਂ, ਹੁਣ ਕੱਲ੍ਹ ਦਾ ਕੁਛ ਪਾਣੀ ਪਿਆ, ਹੁਣ ਸਹੀ ਹੋਇਆ ਨੇ, ਤਾਂ ਬੜਾ ਸੁੱਕਾ ਜਿਹਾ ਲੱਗਦਾ ਸੀ। ਮੰਮੀ ਗਏ ਸੀ, ਕਦੇ ਨਹੀਂ ਗੁਬਾਰਾ ਤੋੜਿਆ, ਸਾਨੂੰ ਪਤਾ ਹੀ ਨਹੀਂ ਕਿੱਦਾਂ ਤੋੜੀ ਦਾ, ਸਹੀ ਗੱਲ ਹੈ, ਵੇਖਿਆ ਹੀ ਨਹੀਂ, ਪਹਿਲੀ ਵਾਰੀ ਵੇਖਿਆ। ਛੋਟੇ ਬੂਟੇ ਪਹਿਲੀ ਵਾਰ ਦੇਖੇ, ਖੇਤਾਂ 'ਚ ਵੱਡੇ ਵੱਡੇ ਨੂੰ ਤੋੜਦੇ। ਇੱਧਰ ਨਾਲ ਵਾਲੇ ਹੱਥ ਤੁਹਾਡੇ ਨਾਲ ਹੀ ਆ ਨਾ, ਉਹਨਾਂ ਵੀ ਲੱਗੀਆਂ ਵੱਡੀਆਂ ਹੀ ਆ। ਆ ਸੌਂਫ, ਇਹ ਤਾਂ ਕਈ ਬਰੀਕ ਹੈ, ਇਹ ਕਿਹੜੇ ਪੱਕਣੀ ਹੈ, ਤਾਂ ਪੱਟ ਦਿਉ, ਮੈਂ ਤਾਂ ਕਹਿੰਦੀ ਪੱਕ ਜੂਗੀ। ਉਹ ਤਾਂ ਫਿਰ ਹੁਣ ਜਗ੍ਹਾ ਨਹੀਂ ਮਿਲੀ, ਕੁਛ ਪਾਣੀ ਵੀ ਨਹੀਂ ਮਿਲਿਆ, ਪਾਣੀ ਬੜਾ ਭਾਲਦਾ, ਅਤੇ ਉਹ ਨਾ ਚਲੇ ਕਦੇ ਕਿਸੇ ਹੋਰ ਗਮਲੇ 'ਚ ਰੱਖਾਂਗੇ, ਉਹਨੂੰ ਲਾ ਕੇ ਨਾ ਗਮਲੇ ਨੇ, ਗਮਲੇ ਨੂੰ ਤਾਂ ਰੱਖਾਂਗੇ ਜਿਹੜੇ ਥੱਲੇ ਨੂੰ ਫੈਲੇ, ਇਹ ਤਾਂ ਨਹੀਂ ਰੱਖਿਆ ਜਾਂਦਾ। ਆ ਵੀ ਮੰਮੀ ਪੱਟਣ ਵਾਲਾ ਨਹੀਂ ਗਾ, ਇਹ 'ਚ ਕੀ ਆ, ਇਹ ਵੀ ਪਤਾ ਨਹੀਂ ਕੀ ਚੜਾਈ ਜੀ ਕੀ ਹੈ, ਜਿਹੜੀ ਚੀਜ਼ ਹੋਣੀ ਉਹ ਤਾਂ ਹੁੰਦੀ ਨਹੀਂ, ਹੋਰ ਚੀਜ਼ਾਂ ਵਾਧੂ ਹੋ ਜਾਂਦੀਆਂ। ਆ ਵਿਚਾਰਾ ਮੁਰਝਾਇਆ ਪਿਆ ਪਾਣੀ ਬਿਨਾਂ। ਲਓ ਜੀ, ਹੁਣ ਮੈਂ ਆ ਗਈ ਸੀਗੀ ਇੱਥੇ ਟਿਊਸ਼ਨ ਵਾਲੇ ਰੂਮ ਦੀ ਸਫਾਈ ਕਰਨ ਵਾਸਤੇ, ਹਜੇ ਕਿਚਨ ਦਾ ਥੋੜ੍ਹਾ ਜਿਹਾ ਕੰਮ ਰਹਿ ਗਿਆ ਸੀ, ਹਜੇ ਮੈਂ ਸੈਲਫ ਦੀ ਸਫਾਈ ਕਰ ਰਹੀ ਸੀਗੀ, ਜਾਣੋ ਕਿ ਜਿਹੜੇ ਫਿਲਟਰ ਯਾਨੀ ਆਪਣਾ ਜਿਹੜਾ ਵਾਟਰ ਪਿਊਰੀਫਾਇਰ ਲੱਗਿਆ ਹੋਇਆ ਉਹ ਥੋੜ੍ਹਾ ਜਿਹਾ ਖਰਾਬ ਹੈ ਕਾਫੀ ਟਾਈਮ ਦਾ,
ਅਤੇ ਉਹ ਸਹੀ ਕਰਨ ਵਾਸਤੇ ਆ ਗਏ ਅਤੇ ਫਿਰ ਮੈਂ ਇੱਧਰ ਆ ਗਈ। ਮੈਂ ਕਿਹਾ ਚਲੋ ਮੈਂ ਇੱਧਰਲਾ ਕੰਮ ਨਿਬੇੜ ਲੈਂਦੀ ਹਾਂ। ਮੇਰੀ ਬਾਈਕ ਖੜ੍ਹੀ ਆ ਇੱਥੇ ਅਤੇ ਇੱਥੇ ਦੇਖੋ ਹੁਣ ਗਲੀਆਂ ਜਿਹੜੀਆਂ ਰੇਤਾ ਸਾਰਾ ਸਾਈਡਾਂ 'ਤੇ ਲੱਗ ਗਿਆ, ਉੱਡ ਉੱਡ ਕੇ ਜਾ ਘਰਾਂ ਦੇ ਵਿੱਚ ਵੜ ਗਿਆ। ਗਲੀਆਂ ਬਿਲਕੁਲ ਸਾਫ਼ ਹੋ ਗਈਆਂ, ਸਾਫ਼ ਸਫਾਈ ਤਾਂ ਕਰਤੀ ਅਤੇ ਪੇਂਟਸ ਵਗੈਰਾ ਜਿਹੜੀਆਂ ਤੁਸੀਂ ਬਾਹਰ ਕੱਢ ਦਿੱਤੀਆਂ, ਕਿਉਂਕਿ ਹੁਣ ਬੱਚੇ ਘੱਟ ਹੈ। ਵੈਸੇ ਵੀ ਹੁਣ ਗਰਮੀ ਦੀਆਂ ਵੈਕੇਸ਼ਨਸ ਸ਼ੁਰੂ ਹੋ ਜਾਣੀਆਂ ਆ ਅਤੇ ਫਿਰ ਇੱਥੋਂ ਸਮਾਨ ਵਗੈਰਾ ਜਿੰਨਾ ਘੱਟ ਵਧੀਆ, ਕਿਉਂਕਿ ਗਰਮੀ 'ਚ ਤਾਂ ਹਨੇਰੀ ਚੱਲਦੀ ਹੈ, ਭਰਦਾ ਹੀ ਰਹਿੰਦਾ ਹੈ। ਹੁਣ ਮੈਂ ਥੋੜ੍ਹੀ ਜਿਹੀ ਇੱਥੇ ਸੈਟਿੰਗ ਚੇਂਜ ਕਰ ਰਹੀ ਹਾਂ। ਲੱਕੜ ਦੀਆਂ ਚੇਅਰਸ ਸੀ, ਹੁਣ ਮੈਂ ਲੈ ਜੂੰਗੀ ਇਹਨਾਂ ਨੂੰ ਘਰੇ। ਇੱਧਰ 3-4 ਚੇਅਰਸ ਮੈਂ ਰੱਖ ਦੂੰ ਪਲਾਸਟਿਕ ਵਾਲੀਆਂ, ਜਿਵੇਂ ਡੈਡ ਜੀ ਵੀ ਪਾ ਕੇ ਥੜੇ 'ਤੇ ਬੈਠ ਜਾਂਦੇ ਆ, ਅਤੇ ਇੱਧਰ ਬੱਚਿਆਂ ਲਈ ਇੱਧਰ ਐਵੇਂ ਬੈਂਚ ਲਾ ਤਾ। ਬਸ ਹੁਣ ਤਾਂ 5-6 ਬੱਚੇ ਆ, ਵੈਸੇ ਵੀ ਥੋੜ੍ਹੇ ਦਿਨ ਆ, ਫਿਰ ਤਾਂ ਸਮਰ ਵੈਕੇਸ਼ਨ ਸ਼ੁਰੂ ਹੋ ਜਾਣਗੀਆਂ, ਫਿਰ ਬੱਚੇ ਸਭ ਆਪਦੇ ਘਰੇ। ਦੁਪਹਿਰ ਦਾ ਟਾਈਮ ਹੈ, ਤੂੜੀ ਬਣ ਕੇ ਆ ਗਈ ਹੁਣ ਘਰੇ। ਦੁਪਹਿਰ ਹੋ ਗਿਆ, ਅੱਜ ਤੂੜੀ ਬਣ ਕੇ ਘਰ ਆ ਗਈ ਆ, ਆ ਰਹੀ ਆ ਹਜੇ, ਪਹਿਲੀ ਟਰਾਲੀ ਆਈ ਆ ਅਤੇ ਉਹਦੀ ਖੁਸ਼ 'ਚ ਬਣ ਰਹੀ ਆ ਇੱਧਰ ਸੇਵੀਆਂ, ਗੁੜ ਵਾਲੀਆਂ ਸੇਵੀਆਂ ਬਣ ਰਹੀਆਂ। ਲਓ ਜੀ ਹੁਣ ਸੇਵੀਆਂ ਹੋ ਗਈਆਂ ਤਿਆਰ, ਅਤੇ ਹੁਣ ਜਿਹਨਾਂ ਦੀਆਂ ਖੇਤ ਭੇਜਣੀਆਂ ਉਹਨਾਂ ਦੀਆਂ ਪਾਉਣੀਆਂ ਟਿੱਥੇ ਵਿੱਚ, ਅਤੇ ਜਿਹੜੇ ਇੱਥੇ ਤੂੜੀ ਲਾ ਰਹੇ ਆ ਉਹਨਾਂ ਦੀਆਂ ਵੀ ਪਾਉਂਦੇ ਹਾਂ। ਇੱਧਰ ਇਹ ਵਾਲਾ ਫਿਲਟਰ ਜਿਹੜਾ ਸਹੀ ਕਰਵਾ ਲਿਆ, ਪਰ ਇਹਦੇ ਬਟਨਸ ਜਿਹੜੇ ਥੋੜ੍ਹੇ ਖਰਾਬ ਹੈ, ਅਤੇ ਉਹ ਐਂ ਕਹਿ ਰਹੇ ਸੀ ਵੀ ਜੇ ਇਹਦੇ ਬਟਨਸ ਮਿਲ ਗਏ ਤਾਂ ਪਾ ਦਾਂਗੇ, ਨਹੀਂ ਤਾਂ ਤੁਹਾਨੂੰ ਚੇਂਜ ਕਰਾਉਣਾ ਪਊਗਾ। ਟਾਈਮ ਹੋ ਗਿਆ 4 ਵਜੇ ਦਾ, ਅਤੇ ਇੱਧਰ ਜਿਹੜੀ ਸ਼ਾਮ ਦੀ ਦਾਲ ਹੈ ਉਹ ਬਣਾ ਤੀ ਆ, ਅਤੇ ਬਰਤਨ ਵਗੈਰਾ ਸਾਫ਼ ਕਰਕੇ ਇੱਧਰ ਪੋਚਾ ਵਗੈਰਾ ਵੀ ਲਾ ਤਾ, ਜਿੰਨਾ ਕੁ ਪਾਣੀ ਸੀਗਾ ਬੱਚਤ ਕਰਕੇ ਇੱਕ ਬਾਲਟੀ ਨਹੀਂ ਲਾਇਆ, ਕਿਉਂਕਿ ਪਾਣੀ ਨਹਿਰਾਂ 'ਚ ਤਾਂ ਆ ਗਿਆ ਅਤੇ ਵਾਟਰ ਬਾਕਸ ਵੀ ਆ ਗਿਆ, ਪਰ ਹਜੇ ਘਰਾਂ 'ਚ ਨਹੀਂ ਆਉਣ ਲੱਗਾ। ਅਤੇ ਵੈਸੇ ਵੀ ਸਾਡੇ ਪਿੰਡ 'ਚ ਬਹੁਤ ਜਾਣੇ ਨੇ ਟੈਂਕਰਾਂ ਨਾਲ ਪਾਣੀ ਪਵਾਇਆ, ਫਿਰ ਬਹੁਤ ਮਹਿੰਗਾ ਪੈਂਦਾ ਆ, ਇਸ ਕਰਕੇ ਜਿੰਨੀ ਬੱਚਤ ਕਰ ਲਈਏ ਵਧੀਆ ਹੀ ਆ, ਅਤੇ ਇਸ ਕਰਕੇ ਆਪਾਂ ਜ਼ਿਆਦਾ ਤਾਂ ਨਹੀਂ ਯੂਜ਼ ਕਰ ਰਹੇ। ਬਸ ਇੱਕ ਬਾਲਟੀ ਨੇ ਮੈਂ ਇੱਥੇ ਸਾਫ਼ ਸਫਾਈ ਕਰਤੀ, ਕਿਉਂਕਿ ਕਿਚਨ 'ਚ ਅੱਜ ਕੱਲ੍ਹ ਮੱਖੀਆਂ ਵੀ ਬੜੀਆਂ ਆਉਂਦੀਆਂ ਆ, ਕਿਉਂਕਿ ਹਜੇ ਲੋਅ ਨਹੀਂ ਪੈਣ ਲੱਗੀ, ਜਦੋਂ ਲੋਅ ਪੈਣ ਲੱਗ ਗਈ ਫਿਰ ਤਾਂ ਮੱਖੀਆਂ ਘੱਟ ਜਾਣਗੀਆਂ। ਅਤੇ ਚਲੋ ਜੀ ਹੁਣ ਇੱਧਰਲਾ ਕੰਮ ਆਪਣਾ ਖਤਮ ਹੋ ਗਿਆ, ਮਿਲਾਂਗੇ ਆਪਾਂ ਬਾਅਦ ਵਿੱਚ। ਬਤਾਓ ਇਹ ਸੈਟਿੰਗ ਅੱਛੀ ਲੱਗੀ? ਐਸੇ ਬਿਲਕੁਲ ਪੱਖੇ ਕੇ ਨੀਚੇ। ਅਰੇ ਮਨੀਸ਼ਾ ਰਾਣੀ ਆਜ ਤਾਂ ਸੁੰਦਰ ਸੂਟ ਪਹਿਨ ਕੇ ਆਈ ਹੈ, ਕੱਲ੍ਹ ਬਰਥਡੇ ਥਾ ਹੈ, ਕੱਲ ਤੋਂ ਐਸੇ ਬਣ ਕੇ ਆਈ ਦੀ, ਆਜ ਬੜਾ ਸੁੰਦਰ ਸੂਟ ਪਹਿਨ ਕੇ ਆਈ ਹੈ। ਹੈ ਯੈਲੋ ਯੈਲੋ ਡਰਟੀ ਫੈਲੋ। ਚਲੋ ਬੈਠੋ, ਬਾਕੀ ਬੱਚੇ ਵੀ ਆ ਰਹੇ, ਬੋਰਡ ਤੇ ਲਗਾਉਣਾ ਹੈ। ਇਹਦੀ ਦੀਦੀ ਦੇ ਵਿੱਚ ਹੀ ਛੱਡ ਗਈ ਕੰਮ ਕਰੀਏ ਹੁਣ ਇਸਨੂੰ, ਔਰ 5 ਮਿੰਟ ਲੱਗਣੇ ਆ ਫਿਰ ਕਰਕੇ, ਫਿਰ ਸਾਰੇ ਬੱਚੇ ਆ ਜਾਣਗੇ, ਫਿਰ ਆਪਾਂ ਟਿਊਸ਼ਨ ਸ਼ੁਰੂ ਕਰ ਦਾਂਗੇ। ਹਾਂਜੀ ਚਲੋ ਇਸਨੂੰ ਰੱਖ ਬੋਰਡ ਤੇ। ਕਿਆ ਕਿਆ ਮਤਲਬ? ਅੱਜ ਕਿਆ ਅਰੇ ਨਹੀਂ ਬੱਚੇ ਆ ਰਹੇ, ਅਭੀ ਟਾਈਮ ਨਹੀਂ ਹੁਆ, ਤੁਮ ਲੋਕ ਪਹਿਲੇ ਆ ਗਏ ਨਾ, ਉਹ ਫਿਰ ਮਿਲ ਕੇ ਆਏਂਗੇ ਇਕੱਠੇ, ਫਿਰ ਕਰਵਾਤੇ ਕੰਮ। ਪੇਸਟ ਕਰਨਾ ਪੜੇਗਾ ਇਸਕੋ, ਫੈਨ ਕੋ ਲਗਾਉਂਦੇ ਆ, ਮੇਰਾ ਨਿਕਾਲੋ। ਚਲੋ ਇੱਕ ਮਿੰਟ ਸਾਈਡ ਦੇਖਤੇ ਹੈਂ, ਇਸਕੀ ਦੂਸਰੀ ਸਾਈਡ ਆਏਗਾ।
ये साइड साथ में ये फट गया ना चार, ये बुरा आ जाएगा। पाड़ मत देना अर्चना बेटा, उस पे लगाओ, इस पे लगाओ पहले, हाँ इस पे लगाओ साइड पे बिल्कुल ही। बाहर मत देना टूट जाएगा। आप लोग प्रोजेक्ट नहीं बनाते कभी? मैं बनाते हूं, मैं स्कूल में लेकर जाते हैं, लेकर जाते हैं। यस मैम, मैडम ने फिर हमें क्या किया जीरो लगाओ, पर मैं जरा भी लग रही थी। आप बनाते हैं स्कूल में? नो, मैं कोई भी स्कूल में बनाते हैं, स्कूल में बना लेते वैसे तो हम बोलो वैसे मैम जी वो चिपकेगा नहीं, ऐसे नहीं चिपकेगा। मैं फिर मैं फिर तो अभी देखो बेटा हम ना इसको बीच में से नहीं, ये जगह नहीं छूटनी चाहिए ना। सारी ड्राइंग अच्छी बनी है, अच्छी अच्छी तो बनी है, थोड़ा जहा ज्यादा दबा दे के ना चिपका दो। मैं निकल नहीं रही, थोड़ा निकल देने जोर है नहीं गा, इधर दो मैं निकल रही हूं, बैक साइड तो प्रेस कर रही हूं जी। मेरा हो गया ते ਟਰਾਲੀ ਹੋਰ ਆਉਣੀ ਆ ਅਤੇ ਦੇਖੋ ਤੂੜੀ ਜੋ ਆ ਗੇਟ ਦੇ ਨਾਲ ਲੱਗ ਗਈ ਅਤੇ ਹਜੇ ਅੰਦਰ ਬਾਈ ਹੁਣ ਕਰ ਰਹੀ ਆ
ਰੂੜੀ ਬਣਾਉਣ ਵਾਲੇ ਵੀ ਧਨ ਅਤੇ ਲਾਉਣ ਵਾਲੇ ਵੀ ਧਨ, ਕਿੰਨੀ ਕੰਢ ਹੁੰਦੀ ਹੈ, ਸਾਹ ਬੰਦ ਹੁੰਦਾ ਅੰਦਰ ਜਦੋਂ ਕਰਦੇ ਆ, ਬਹੁਤ ਕੰਢ ਹੈ ਜੀ। ਮੈਂ ਹੁਣ ਲੱਗੀ ਹੋਈ ਤੰਦੂਰ ਪਕਾਉਣ ਵਾਸਤੇ, ਰਾਧੇ ਫੁਲਕੇ ਦੀ ਤਿਆਰੀ ਹੋ ਰਹੀ ਹੈ। ਅਤੇ ਅੱਜ ਦਾ ਵਲੋਗ ਤੁਹਾਨੂੰ ਕਿਹੋ ਜਿਹਾ ਲੱਗਿਆ ਜ਼ਰੂਰ ਦੱਸਿਓ, ਲਾਈਕ ਕਰਿਓ, ਸ਼ੇਅਰ ਕਰਿਓ। ਅਤੇ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਮਿਲਾਂਗੇ ਕੱਲ੍ਹ ਇੱਕ ਨਵੇਂ ਵਲੋਗ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।